NIA ਨੇ ਹਾਲੀ ਵਿੱਚ ਇੱਕ ਤਾਜ਼ੀ ਰੇਡ ਮਾਰੀ ਹੈ ਲੜੀ ਦੀ ਇਹ ਤੀਜੀ ਰੇਡ ਹੈ ਨਾਰਥਰਨ ਰੀਜਨ ਨੂੰ ਟਾਰਗੇਟ ਕਰਦੇ ਹੋਏ ਕਿਹਾ ਜਾ ਰਿਹਾ ਹੈ ਵੀ ਟੈਰਰਿਸਟ ਗੈਂਗਸਟਰਸ ਤੇ ਡਰੱਗਸ ਸਮਗਲਰਸ ਦਾ ਇਕੱਠਾ ਨੈਕਸਸ ਹੈ ਜਿਹੜਾ ਉਹਨੂੰ ਤੋੜਨ ਵਾਸਤੇ ਜਿਸ ਆਰਗੇਨਾਈਜ਼ ਤਰੀਕੇ ਨਾਲ ਉਹ ਕ੍ਰਾਈਮ ਕਰ ਰਹੇ ਨੇ ਕਿਲਿੰਗਸ ਕਰ ਰਹੇ ਨੇ ਜਾਂ ਡਰੱਗਸ ਦਾ ਵਪਾਰ ਚੱਲ ਰਿਹਾ ਹੈ ਉਸਨੂੰ ਤੋੜਨ ਵਾਸਤੇ ਰੇਡਸ ਕੀਤੀਆਂ ਗਈਆਂ ਨੇ ਜੇ ਇਹ ਗੈਂਗਸਟਰ ਮਹਿੰਗੇ-ਮਹਿੰਗੇ ਵਕੀਲ ਕਰਕੇ ਅਦਾਲਤਾਂ ਦੇ ਵਿੱਚ ਲੜਾਈਆਂ ਲੜਦੇ ਨੇ ਕੇਸਾਂ ਦੀਆਂ ਲੜਾਈਆਂ ਲੜ ਪਾਉਂਦੇ ਨੇ ਆਪਣੀ ਪੈਰਵੀ ਇਲੀਗਲ ਬਹੁਤ ਹੀ ਪੋਖਤਾ ਢੰਗ ਦੇ ਨਾਲ ਅਦਾਲਤਾਂ ਦੇ ਵਿੱਚ ਰੱਖ ਪਾ ਰਹੇ ਨੇ ਤਾਂ ਉਹ ਜਿਹੜੇ ਫੰਡਿੰਗ ਹੈ ਕਿੱਥੋਂ ਆ ਰਹੀ ਹੈ ਕਿਸੇ ਸਿੱਧੇ ਸੋਰਸ ਤੋਂ ਨਹੀਂ ਫੰਡਿੰਗ ਆ ਰਹੀ ਹੁੰਦੀ ਮਾਪੇ ਨਹੀਂ ਕਰਉਂ ਤਾਂ ਗੈਂਗਸਟਰ ਦੇ ਕਰ ਰਹੇ ਹੁੰਦੇ ਅਰਸ਼ ਡਾਲਾ ਜਿਹੜਾ ਇੱਕ ਮੋਗੇ ਦਾ ਗੈਂਗਸਟਰ ਹੈ ਜਾਂ ਸੁੱਖਾ ਦੁਨੇਕੇ ਵਰਗੇ ਜਿਹੜੇ ਗੈਂਗਸਟਰ ਨੇ ਦਿੱਲੀ ਦੇ ਇੱਕ ਵਪਾਰੀ ਤੋਂ ਉਹਨਾਂ ਨੇ 5 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਦੇਸ਼ ਦੀ ਪ੍ਰੀਮੀਅਰ ਇਨਵੈਸਟੀਗੇਸ਼ਨ ਏਜੰਸੀ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਉਹ ਕਹਿ ਰਹੀ ਹੈ ਕਿ ਭਾਰਤ ਦੀਆਂ ਜੇਲ੍ਹਾਂ ਦੇ ਵਿੱਚੋਂ ਬੈਠ ਕੇ 테ਰਰ ਫੰਡਿੰਗ ਹੋ ਰਹੀ ਹੈ ਇਹ ਗੈਂਗਸਟਰ ਦੇ ਜਿਹੜੇ ਵੈਲ ਆਇਲਡ ਨੈਟਵਰਕ ਚੱਲਦੇ ਪਏ ਨੇ ਰੇਡਫਰੰਟ ਤੇ ਤੁਹਾਡਾ ਸਵਾਗਤ ਹੈ ਮੈਂ ਸ਼ੁਭਕਰਮਨ ਢਾਲੀਵਾਲ ਐਨਆਈਏ ਨੇ ਹਾਲੀ ਵਿੱਚ ਇੱਕ ਤਾਜ਼ੀ ਰੇਡ ਮਾਰੀ ਹੈ ਲੜੀ ਦੀ ਇਹ ਤੀਜੀ ਰੇਡ ਹੈ ਨਾਰਥਰਨ ਰੀਜਨ ਨੂੰ ਟਾਰਗੇਟ ਕਰਦੇ ਹੋਏ ਕਿਹਾ ਜਾ ਰਿਹਾ ਹੈ ਵੀ ਟੈਰਰਿਸਟ ਗੈਂਗਸਟਰਸ ਤੇ ਡਰੱਗ ਸਮਗਲਰਸ ਦਾ ਇਕੱਠਾ ਨੈਕਸਸ ਹੈ ਜਿਹੜਾ ਉਹਨੂੰ ਤੋੜਨ ਵਾਸਤੇ ਜਿਸ ਆਰਗੇਨਾਈਜ਼ ਤਰੀਕੇ ਨਾਲ ਉਹ ਕ੍ਰਾਈਮ ਕਰ ਰਹੇ ਨੇ ਕਿਲਿੰਗਸ ਕਰ ਰਹੇ ਨੇ ਜਾਂ ਡਰੱਗਸ ਦਾ ਵਪਾਰ ਚੱਲ ਰਿਹਾ ਹੈ ਖਾਸ ਤੌਰ ਤੇ ਨਾਰਥਰਨ ਰੀਜਨਸ ਦੀਆਂ ਸਟੇਟਸ ਰਾਜਸਥਾਨ ਹੋਣ ਪੰਜਾਬ ਹੋਵੇ ਹਰਿਆਣਾ ਹੋਵੇ ਉਸ ਨੂੰ ਤੋੜਨ ਵਾਸਤੇ ਰੀਡਸ ਕੀਤੀਆਂ ਗਈਆਂ ਨੇ ਲੜੀ ਦੀ ਤੀਜੀ ਰੇਡ ਹੈ ਇਸ ਚੀਜ਼ ਉੱਤੇ ਕੀ ਹੈ ਇਸ ਰੇਡ ਦੇ ਮਾਇਨੇ ਕੀ ਐਨਆਈਏ ਅੱਗੇ ਕਰਨ ਜਾਊਗੀ ਇਸ ਸਾਰੇ ਵਿਸ਼ੇ ਉੱਤੇ ਗੱਲਬਾਤ ਕਰਦੇ ਹਾਂ ਰਿਤੇਸ਼ ਲੱਖੀ ਜੀ ਨਾਲ ਰਿਤੇਸ਼ ਜੀ ਬਹੁਤ ਬਹੁਤ ਸਵਾਗਤ ਹੈ ਰੇਡੀ FM ਤੇ ਬਹੁਤ ਬਹੁਤ ਧੰਨਵਾਦ ਸ਼ੁਕਰਮੰਦ ਜੀ ਰਤੇਸ਼ ਜੀ NIA ਨੇ ਤੀਜੀ ਰੇਡ ਮਾਰੀ ਹੈ ਨਾਰਥ ਰੀਜਨ ਆਫ ਇੰਡੀਆ ਦੇ ਖਾਸ ਤੌਰ ਤੇ ਪੰਜਾਬ, ਰਾਜਸਥਾਨ, ਹਰਿਆਣਾ ਇਹ ਜੀ ਇਹ ਤਿੰਨ ਸਟੇਟਾਂ 'ਚ ਤਾਂ ਪਈ ਹੋਈ ਪਈ ਹੈ ਹੋਰ ਕਿੱਥੇ ਕਿੱਥੇ ਰੇਡ ਪਈ ਹੈ ਤੇ ਕੀ ਇਸ ਦੇ ਮਤਲਬ ਹੈ ਕੀ ਇਸ ਦੇ ਮਾਇਨੇ ਨੇ ਸ਼ੁਭਕਰਮ ਨੇ ਦੱਸ ਦਿਆ ਕਿ 29 ਨਵੰਬਰ ਨੂੰ ਜਿਹੜਾ ਵੇਰਵਾ NIA ਨੇ ਸਾਂਝਾ ਕੀਤਾ ਹੈ ਹਾਲਾਂਕਿ ਇਸ ਚਰਚਾਵਾਂ ਪਹਿਲਾਂ ਤੋਂ ਹੀ ਸਨ ਲੇਕਿਨ ਤੁਹਾਨੂੰ ਯਾਦ ਹੋਏਗਾ ਸਤੰਬਰ ਦੇ ਮਹੀਨੇ ਦੇ ਵਿੱਚ ਰੇਡਸ ਦਾ ਸਿਲਸਲਾ ਸ਼ੁਰੂ ਹੋਇਆ ਸੀ NIA ਦੀ ਤੀਸਰੀ ਰੇਡ ਹੈ ਪਹਿਲੀ ਰੇਡ ਹੋਈ ਸੀ 12 ਸਤੰਬਰ ਨੂੰ ਜਿਸ ਤੋਂ ਬਾਅਦ ਅਕਤੂਬਰ ਦੇ ਮਹੀਨੇ ਵਿੱਚ ਕੀ ਰੇਡ ਰਹੀ ਤੇ 29 ਨਵੰਬਰ ਤੋਂ ਤਿੰਨ ਰੇਡਾਂ ਜੇ ਤੱਕ ਐਨਆਈਏ ਕਰ ਚੁੱਕੀ ਹੈ ਤੇ ਇਹਨਾਂ ਸਾਰੇ ਰੇਡਸ ਦੇ ਵਿੱਚ ਟਾਰਗੇਟ ਉੱਤੇ ਉਹ ਦੋ ਐਫਆਈਆਰਸ ਨੇ ਜੋ ਕਿ ਦਿੱਲੀ ਪੁਲਿਸ ਨੇ ਰਜਿਸਟਰ ਕੀਤੀਆਂ ਸੀ ਤੁਹਾਨੂੰ ਯਾਦ ਹੋਵੇਗਾ ਅੱਜ ਤੋਂ ਕੁਝ ਮਹੀਨੇ ਪਹਿਲਾਂ ਦੋਵੇਂ ਜਿਹੜੇ ਮੇਨ ਗੈਂਗਸਟਰਾਂ ਦੇ ਗੈਂਗ ਹੈਗੇ ਨੇ ਲੀਗਸ ਹੈਗੀਆਂ ਨੇ ਜਿਸ ਦੇ ਪਿੱਛੇ ਲੋਰੈਂਸ ਬਿਸ਼ਨੋਈ ਗੋਲਦੀ ਬਰਾੜ ਕਾਲਾ ਜਠੇੜੀ ਦਾ ਗੈਂਗ ਸੀ ਤੇ ਦੂਸਰੇ ਪਾਸੇ ਜਿਹੜਾ ਗੈਂਗਸਟਰ ਸੀ ਕੌਸ਼ਲ ਚੌਧਰੀ ਤੇ ਉਸਦੇ ਨਾਲ ਲੱਕੀ ਪਟਿਆਲ ਸੋ ਇਹ ਦੋਵੇਂ ਵਿਰੋਧੀ ਗੈਂਗ ਨੇ ਇਹ ਦੋਹਾਂ ਦੇ ਖਿਲਾਫ ਅਲੱਗ-ਅਲੱਗ ਐਫ ਆਈ ਆਰਾਂ ਦਿੱਲੀ ਪੁਲਿਸ ਨੇ ਦਰਜ ਕੀਤੀਆਂ ਜਿਨ੍ਹਾਂ ਦੇ ਵਿੱਚ ਯੂਏਪੀਏ ਦੇ ਸੈਕਸ਼ਨ ਜਿਹੜੇ ਸੀ ਉਹ ਵੀ ਲਾਏ ਗਏ ਤੇ ਇਹਨਾਂ ਕੇਸਾਂ ਦੀ ਇਨਵੈਸਟੀਗੇਸ਼ਨ ਐਨਆਈਏ ਨੂੰ ਦਿੱਤੀ ਗਈ ਸੀ ਮਕਸਦ ਇਹਨਾਂ ਪੂਰੀ ਦੀ ਪੂਰੀ ਸੀਰੀਜ਼ ਆਫ ਰੇਡ ਦਾ ਇਹੀ ਸੀ ਕਿ ਇਹਨਾਂ ਗੈਂਗਸ ਦਾ ਜਿਹੜਾ ਵੀ ਕ੍ਰਿਮੀਨਲ ਨੈਟਵਰਕ ਹੈ ਤੇ ਖਾਸ ਕਰਕੇ ਕ੍ਰਿਮੀਨਲ ਨੈਟਵਰਕ ਟੈਰਰ ਨੈਟਵਰਕ ਹੈ ਕਿਉਂਕਿ ਇਹ ਚੀਜ਼ ਹੁਣ ਸਥਾਪਿਤ ਹੋ ਚੁੱਕੀ ਹੈ ਅਲੱਗ-ਅਲੱਗ ਕੇਸਿਸ ਜਿਹੜੇ ਆਪਾਂ ਪਹਿਲਾਂ ਵੀ ਚਰਚਾ ਕੀਤੀ ਕਿ ਇਹਨਾਂ ਗੈਂਗਸਟਰਾਂ ਨੇ ਸਿਰਫ ਕ੍ਰਿਮੀਨਲ ਐਕਟੀਵਿਟੀ ਨਹੀਂ ਬਲਕਿ ਦੇਸ਼ ਵਿਰੋਧੀ ਜਿਹੜੀਆਂ ਗੱਲਾਂ ਬਾਤਾਂ ਭਾਰਤ ਵਿਰੋਧੀ ਜਿਹੜੀਆਂ ਐਕਟੀਵਿਟੀਆਂ ਚੱਲ ਰਹੀਆਂ ਨੇ ਟੈਰਰਿਸਟ ਆਊਟਫਿਟਸ ਤੋਂ ਜਿਹੜਾ ਫੰਡਿੰਗ ਲੈਣ ਦਾ ਤੇ ਟਾਰਗੇਟਿਡ ਕਿਲਿੰਗਸ ਵਿਸ਼ੇਸ਼ ਤੌਰ ਤੇ ਦੇਰੇ ਸੱਚੇ ਸੌਦੇ ਦੇ ਜਿਹੜਾ ਇੱਕ ਕੋ ਅਕਿਊਜ਼ਡ ਸੀਗਾ ਵੈਦਵੀ ਦੇ ਕੇਸਾ ਦੇ ਵਿੱਚ ਉਹਦੀ ਲੇਟੈਸਟ ਹਿੱਟ ਹੁੰਦੀ ਹੈ ਗੋਲਡੀ ਬਰਾੜ ਉਸ ਨੂੰ ਬੈਠ ਕੇ ਕਰਵਾਉਂਦਾ ਹੈ ਸੋ ਇਹ ਟਾਰਗੇਟਡ ਕਿਲਿੰਗਸ ਦਾ ਸਿਲਸਿਲਾ ਸੁਦੀਰ ਸੂਰੀ ਨੂੰ ਮਾਰਿਆ ਗਿਆ ਉਸ ਤੋਂ ਪਹਿਲਾਂ ਈਵਨ ਸਿੱਧੂ ਮੂਸੇਵਾਲਾ ਵਾਜ਼ਾ ਟਾਰਗੇਟ ਕਿਲਿੰਗ ਸੋ ਇਹ ਟਾਰਗੇਟਡ ਕਿਲਿੰਗਸ ਤੇ ਪਿੱਛੇ ਦੇਸ਼ ਦੇ ਵਿੱਚ ਗੜਬੜ ਫੈਲਾਉਣ ਦੇ ਕੀ ਖਤਰਨਾਕ এজেন্ডੇ ਹੈਗੇ ਨੇ ਉਹਨਾਂ ਨੂੰ ਲੈ ਕੇ ਐਫ ਆਈ ਆਰ ਆ ਰਜਿਸਟਰ ਹੋਈਆਂ ਤੇ ਬਾਅਦ ਦੇ ਵਿੱਚ ਇਹ ਤੈਅ ਕੀਤਾ ਗਿਆ ਕਿ ਜਿੰਨੇ ਵੀ ਇਹ ਕ੍ਰਾਈਮਨਲਸ ਨੇ ਲਾਰੈਂਸ ਬਿਸ਼ਨੋਈ ਦਾ ਗੈਂਗ ਹੈ ਜਾਂ ਫਿਰ ਲੱਕੀ ਪਟਿਆਲ ਉਹਨਾਂ ਦਾ ਗੈਂਗ ਚੱਲਦਾ ਹੈ ਉਹਨਾਂ ਦੇ ਜਿਹੜੇ ਵੀ ਗੈਂਗਸਟਰਸ ਹੈ ਜੇਲ੍ਹਾਂ ਦੇ ਵਿੱਚ ਬੈਠੇ ਨੇ ਚਾਹੇ ਉਹ ਵਿਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਦੇ ਘਰਾਂ ਉਹਨਾਂ ਦੇ ਟਿਕਾਣਿਆਂ ਉੱਤੇ ਛਾਪੇਮਾਰੀ ਹੋਵੇ ਦਬਿਸ਼ ਹੋਵੇ ਪ੍ਰੋਪਰ ਲੈਵਲ ਉੱਤੇ ਉੱਤੇ ਤਾਂ ਕਿ ਇੱਕ ਸੁਨੇਹਾ ਵੀ ਜਾਵੇ ਤੇ ਇਸ ਦੇ ਨਾਲ ਹੀ ਜਿਹੜੇ ਵੀ ਅਜੇ ਇਹ ਜਿਸ ਨੂੰ ਕਹਿੰਦੇ ਆ ਕਿ ਡੋਰਮੈਂਟ ਨੈਟਵਰਕ ਖੜੇ ਹੈਗੇ ਨੇ ਡੋਰਮੈਂਟ ਅੰਸਰ ਬੈਠੇ ਨੇ ਜੋ ਕਿ ਜ਼ਿਆਦਾ ਚਰਚਾਵਾਂ ਵਿੱਚ ਨੇ ਉਹਨਾਂ ਨੂੰ ਵੀ ਇਹਨਾਂ ਰੇਟਸ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਹੈ ਜਿਹੜੀ ਇਸ ਤੋਂ ਪਹਿਲੀ ਦੂਸਰੀ ਰੇਡ ਸੀ ਉਹ ਬਹੁਤ ਹੀ ਵਿਆਪਕ ਪੱਧਰ ਦੀ ਰੇਡ ਸੀ ਜਿਸ ਵਿੱਚ ਕੀ इवन ਇਹਨਾਂ ਗੈਂਗਸਟਰਾਂ ਦੇ ਵਕੀਲਾਂ ਤੱਕ ਨੂੰ ਟਾਰਗੇਟ ਕੀਤਾ ਗਿਆ ਸੀ ਤੁਹਾਨੂੰ ਯਾਦ ਆ ਬੜੇ ਵੱਡੇ ਪੱਧਰ ਉੱਤੇ ਉਸ ਦਾ ਵੀ ਵਿਰੋਧ ਹੋਇਆ ਸੀ ਸੋ ਅ ਅੱਜ ਜਿਹੜੀ ਐਨਆਈਏ ਨੇ ਜਾਣਕਾਰੀ ਸਾਂਝੀ ਕੀਤੀ ਹੈ ਜੋ ਤਾਜ਼ਾ ਜਾਣਕਾਰੀ ਹੈ ਉਸ ਮੁਤਾਬਕ ਇਹ ਜਿਹੜੀ ਸੀਰੀਜ਼ ਆਫ ਰੇਡ ਹੈ ਤਿੰਨ ਰੇਡਾਂ ਨੇ ਤੇ ਸ਼ਾਇਦ ਇਸ ਤੋਂ ਬਾਅਦ ਵੀ ਇੱਕ ਦੋ ਹੋਰ ਰੇਡਾਂ ਹੋਣ ਅੱਜ ਵੀ ਕਿਹਾ ਗਿਆ ਕਿ ਜਿਹੜੇ ਗੈਂਗਸਟਰ ਅੱਜ ਦੀ ਇਸ ਰੇਡ ਦੇ ਵਿੱਚ ਟਾਰਗੇਟ ਕੀਤੇ ਗਏ ਨੇ ਉਸ ਵਿੱਚ ਕੌਸ਼ਲ ਚੌਧਰੀ ਹੈ ਰਲਵੀ ਰਾਜਗੜ੍ਹ ਹੈ ਇਸ ਤੋਂ ਇਲਾਵਾ ਹੋਰ ਜਿਹੜੇ ਕੁਝ ਗੈਂਗਸਟਰ ਵਿਸ਼ਾਲ ਮਾਨ ਨਾ ਦਾ ਇੱਕ ਹੋਰ ਗੈਂਗਸਟਰ ਹੈ 4-5 ਗੈਂਗਸਟਰ ਨੇ ਜਿਨ੍ਹਾਂ ਦੇ ਅੱਜ ਠਿਕਾਣਿਆਂ ਦੇ ਉੱਤੇ ਇਹ ਛਾਪੇਮਾਰੀ ਹੋਈ ਹੈ ਪੰਜਾਬ ਹਰਿਆਣਾ ਦਿੱਲੀ ਚੰਡੀਗੜ੍ਹ ਇਹੀ ਉਹ ਏਰੀਆ ਹੈਗੇ ਨੇ ਆ ਜਿਹੜਾ ਇਹਨਾਂ ਦੇ ਐਨਸੀਆਰ ਜਾਂ ਸਟੇਟ ਕੈਪੀਟਲ ਰੀਜਨ ਦੇ ਆਸ-ਪਾਸ ਤੇ ਠਿਕਾਣੇ ਹੈਗੇ ਜਿੱਥੋਂ ਛਾਪੇਮਾਰੀ ਹੋਈ ਹੈ ਤੇ ਕੌਂਟਰਾਬੈਂਟ ਤੇ ਹੋਰ ਇਨਕ੍ਰਿਮੀਨੇਟਿੰਗ ਚੀਜ਼ਾਂ ਜਿਵੇਂ ਪਹਿਲਾਂ ਵੀ ਦਾਅਵੇ ਹੁੰਦੇ ਰਹੇ ਨੇ ਹਾਲਾਂਕਿ ਜ਼ਿਆਦਾ ਵੇਰਵੇ ਨਹੀਂ ਸਾਂਝੇ ਕੀਤੇ ਗਏ ਲੇਕਿਨ ਇਹ ਕਹਿ ਹੈ ਵੀ ਅਮਿਨਿਸ਼ਨ ਤੱਕ ਵੀ ਰਿਕਵਰ ਹੋਇਆ ਹੈ ਕੋਈ ਵੱਡੀਆਂ ਗ੍ਰਿਫਤਾਰੀਆਂ ਨਹੀਂ ਨੇ ਲੇਕਿਨ ਇਹ ਦਬਿਸ਼ ਦੇ ਰੂਪ ਵਿੱਚ ਹੀ ਇਹਨਾਂ ਦੋ ਐਫਆਈਆਰਾਂ ਆਰਸੀ ਹਮਮ ਰਿਤਿਸ਼ ਜੀ ਜਿਹੜਾ ਨੈਕਸਸ ਹੈ ਤਿੰਨ ਜਿਹੜੇ ਪਲੇਅਰਸ ਨੇ ਡਰੱਗਸ ਸਮੱਗਲਰਸ 테ਰਰਿਸਟਸ ਤੇ ਗੈਂਗਸਟਰਸ ਕੀ ਜਿਹੜੇ ਇਹਦੇ ਚ ਇਹ ਵੀ ਗੱਲ ਆ ਰਹੀ ਐ ਨਾ ਇਹ ਜੋ ਦੱਸ ਰਹੀ ਐ ਵੀ ਬਾਹਰੋਂ ਬੈਠੇ ਇਹ ਸਾਰੇ ਗੈਂਗਸ ਨੂੰ ਜਾਂ ਇਹ ਕਾਰਟੇਲਸ ਵੱਖਰੇ ਵੱਖਰੇ ਕਾਰਟੇਲਸ ਜਿਹੜੇ ਬਣੇ ਹੋਇਆ ਇਹਨਾਂ ਨੂੰ ਆਪਰੇਸ਼ਨ ਬਾਹਰੋਂ ਹੈਂਡਲ ਕੀਤਾ ਜਾ ਰਿਹਾ ਸਾਰੇ ਦੇ ਸਾਰੇ ਜੀ ਬਿਲਕੁਲ ਇਹ ਤਾਂ ਫੈਕਟ ਹੈ ਤੇ ਮੈਂ ਤੁਹਾਨੂੰ ਦੱਸਦਾ ਕਿ ਆਉਣ ਵਾਲੇ ਇੱਕ ਜਾਂ ਦੋ ਹਫ਼ਤਿਆਂ ਵਿੱਚ ਤੁਹਾਨੂੰ ਬਹੁਤ ਵੱਡੀ ਖਬਰ ਮਿਲੇਗੀ ਇਹ ਆਪਾਂ ਚੀਜ਼ ਆ ਜਾਪਾਂ ਆਪਣੇ ਰਿਕਾਰਡ ਦੇ ਉੱਤੇ ਕਰਦੇ ਪਏ ਹਾਂ لیکن ایک بہت بڑی ڈیولپمنٹ ہے یہ چھاپے ماری ਨੂੰ اس لڑڑی دے نال بھی جوڑا جا رہا ہے کیونکہ ਜਦੋਂ ਉਹ خبر ਆਪਣੇ ਕੋਲ آئے گی ਆਪਾਂ 1.5 2 ਹਫ਼ਤੇ ਬਾਅਦ ਦੁਬਾਰਾ ਆਪਣਾ ਸਬਬ ਬਣੇਗਾ ਤੇ ਉਸ ਵਕਤ ਆਪਾਂ ਇਸ ਚੰਕ ਨੂੰ ਵੀ ਜ਼ਰੂਰ ਚਲਾਵਾਂਗੇ ਤੇ ਉਸ ਵਕਤ ਕਲੀਅਰ ਹੋਏਗਾ ਕਿ ਜਿਹੜੀ چھاپੇ ਮਾਰੀ ਹੋ ਰਹੀ ਹੈ ਇਸ ਦੇ ਵਿੱਚ ਕੁਝ ਹੋਰ ਅਜੇਹੀਆਂ ਇਨਪੁੱਟਸ ਨੇ ਜੋ ਕਿ ਅਜੇ ਤੱਕ ਦੀ ਪਬਲਿਕ ਡੋਮੇਨ ਦੀ ਜਾਣਕਾਰੀ ਤੋਂ ਅਲਾਵਾ ਜਾਣਕਾਰੀ ਹੈ ਕਿਉਂਕਿ ਇਹ ਬੜੀ ਹੈਰਾਨੀ ਹੋਈ ਸੀ ਜਦੋਂ ਕਿ ਇਹ ਦੋਵੇਂ ਗੈਂਗਸਟਰਾਂ ਦੇ ਉੱਤੇ ਇੱਕ ਫਰੈਸ਼ ਐਫਆਈਆਰਾ ਦੋ ਰਜਿਸਟਰ ਕਰ ਲਿਆ ਕਿਉਂਕਿ ਪ੍ਰੋਸੀਜਰ ਇਹ ਹੁੰਦਾ ਹੈ ਕਿ ਸਥਾਨਕ ਜਿਹੜੀ ਪੁਲਿਸ ਹੈ ਉਹੀ ਐਫਆਈਆਰ ਰਜਿਸਟਰ ਕਰਦੀ ਹੈ ਸੋ ਦਿੱਲੀ ਪੁਲਿਸ ਨੇ ਦੋ ਇਨਫੈਕਟ ਤਿੰਨ ਐਫਆਈਆਰਾ ਰਜਿਸਟਰ ਕੀਤੀਆਂ ਗਈਆਂ ਸੀ ਜੋ ਕਿ ਦੋ ਐਫਆਈਆਰਾ ਵਿਰੋਧੀ ਗੈਂਗਸ ਉੱਤੇ ਰਜਿਸਟਰ ਕੀਤੀਆਂ ਗਈਆਂ ਤੇ ਉਸ ਵਿੱਚ ਕਿਹਾ ਗਿਆ ਕਿ ਇਹਨਾਂ ਗੈਂਗਸਟਰ ਨੂੰ ਅਸੀਂ ਜਿਹੜੀ ਦੇਸ਼ ਵਿਰੋਧੀ ਗਤੀਵਿਧੀਆਂ ਹੈ টেরਰ ਐਕਟੀਵਿਟੀਆਂ ਹੈ ਉਹਨਾਂ ਦੇ ਨਾਲ ਲਿੰਕ ਕਰ ਰਹੇ ਤਾਂ ਹੀ ਕਰਕੇ ਅਲੱਗ ਐਫ ਆਈ ਆਰ ਆ ਦੀ ਦਰਜ ਨੌਬਤ ਆਈ ਤੇ ਉਸੇ ਦਾਇਰੇ ਦੇ ਤਹਿਤ ਇਹਨਾਂ ਦੇ ਖਿਲਾਫ ਖੁੱਲ ਕੇ ਜਿਹੜੀ ਕਾਰਵਾਈ ਹੈ ਕਿਉਂਕਿ ਯੂਏਪੀਏ ਦਾ ਐਕਟ ਕਈ ਹੋਰ ਤਾਕਤਾਂ ਦਿੰਦਾ ਹਾਲਾਂਕਿ ਇਸ ਨੂੰ ਡਰਕੋਨੀਅਨ ਐਕਟ ਵੀ ਆਪਾਂ ਲੋਕ ਕਹਿੰਦੇ ਆਪਾਂ ਕਹਿੰਦੇ ਕਿ ਇਹਨਾਂ ਦੇ ਤਹਿਤ ਬਹੁਤ ਹੀ ਵੇਦੋਸ਼ੇ ਨੌਜਵਾਨਾਂ ਨੂੰ ਵੀ ਕਈ ਵਾਰ ਇੰਪਲੀਕੇਟ ਕਰਤਾ ਜਾਂਦਾ ਤੇ ਫੈਕਟ ਵਜਿਹਾ ਇਹ ਬਹੁਤ ਸਾਰੇ ਕੇਸ ਸਾਹਮਣੇ ਹੈਗੇ ਨੇ ਲੇਕਿਨ ਇਸ ਕੇਸ ਦੇ ਵਿੱਚ ਖਤਰਨਾਕ ਗੈਂਗਸਟਰਾਂ ਨੂੰ ਠੱਲ ਪਾਉਣ ਲਈ ਉਹਨਾਂ ਤੇ ਨੱਥ ਪਾ ਉਹਨਾਂ ਦੇ ਜਿਹੜੇ ਜਿਹੜੇ ਬੇਸਿਕਲੀ ਉਹਨਾਂ ਦੀ ਸਪਲਾਈ ਚੇਨ ਹੈਗੀ ਹੈ ਜੋ ਉਹਨਾਂ ਦੇ ਪਿਛਲੇ ਤਾਰ ਨੇ ਉਹਨਾਂ ਨੂੰ ਕੜੀਆਂ ਨੂੰ ਤੋੜਨ ਲਈ ਯੂਪੀਐਨ ਨੇ ਤੇ ਉਤੇ ਇੰਪੋਸ ਕੀਤਾ ਗਿਆ ਤੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕੇ ਛਾਪੇ ਚੱਲਦੇ ਪਏ ਹੈਗੇ ਨੇ ਪਹਿਲਾ ਜਿਹੜਾ ਛਾਪਾ ਸੀਗਾ ਉਹ ਉਸ ਦੇ ਵਿੱਚ ਘੱਟ ਥਾਂ ਤੇ ਰੇਟ ਪਾਈ ਗਈ ਸੀ ਲੇਕਿਨ ਬੇਸਿਕ ਐਂਗਲ ਹੈ ਫੰਡਿੰਗ ਦਾ ਟੈਰਰ ਫੰਡਿੰਗ ਜਿਸ ਦੇ ਨਾਲ ਯੂਏਪੀਏ ਜਾਂ ਐਨਆਈਏ ਦੀ ਜਿਹੜੀ ਗਤੀਵਿਧੀ ਹੁੰਦੀ ਹੈ ਕੋਈ ਵੀ ਐਕਟੀਵਿਟੀ ਐਕਸ਼ਨ ਹੁੰਦਾ ਉਹਨਾਂ ਦਾ ਉਹਦਾ ਇੱਕ ਮੇਨ ਮਕਸਦ ਹੁੰਦਾ ਹੈ ਕਿ ਜਾਂ ਤਾਂ ਤੁਸੀਂ ਡਾਇਰੈਕਟਲੀ ਸਾਬੋਟਾਜ ਐਕਟੀਵਿਟੀਆਂ ਦੇ ਵਿੱਚ ਜਿਹੜੇ ਇਨਵੋਲਡ ਅਨਸਰ ਨੇ ਉਹਨਾਂ ਦੀ ਗਤੀਵਿਧੀਆਂ ਰੋਕਣ ਲਈ ਉਹਨਾਂ ਅਨਸਰਾਂ ਨੂੰ ਕਾਬੂ ਕਰਨ ਲਈ ਜਾਂ ਤਾਂ ਉਹਨਾਂ ਦੇ ਐਗਜ਼ੈਕਟ ਤੁਸੀਂ ਠਿਕਾਣਿਆਂ ਤੇ ਹਮਲੇ ਕਰੋ ਲੋਕਾਂ ਨੂੰ ਗ੍ਰਿਫਤਾਰ ਕਰੋ ਜਾਂ ਫਿਰ ਟੈਰਰ ਫੰਡਿੰਗ ਦੇ ਜਿਹੜੇ ਨੈਟਵਰਕ ਨੇ ਪਿੱਛੇ ਜਾਂ ਉਹਨਾਂ ਦੀ ਜਿਹੜੀਆਂ ਤਾਰ ਜੁੜੇ ਹੋਏ ਨੇ ਉਹਨਾਂ ਨੂੰ ਲੱਭੋ ਵੀ ਕਿੱਥੋਂ ਕਿੱਥੋਂ ਫੰਡਿੰਗ ਹੋ ਰਹੀ ਹੈ ਸੋ ਉਸੇ ਤਹਿ ਤੇ ਕਾਰਵਾਈ ਹੋ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਬੜੀਆਂ ਅਹਿਮ ਡਿਵੈਲਪਮੈਂਟਸ ਆਲਰੇਡੀ ਹੋ ਚੁੱਕੀਆਂ ਨੇ ਤੇ ਅਗਲੇ 1.5 ਹਫਤਾ ਜ਼ਿਆਦਾ ਸਮਾਂ ਨਹੀਂ ਹੈ ਕਿਹੜੇ ਹਫਤੇ ਦੇ ਵਿੱਚ ਤੁਹਾਨੂੰ ਹੋਰ ਬਹੁਤ ਵੱਡੀਆਂ ਡਿਵੈਲਪਮੈਂਟਸ ਮਿਲਣ ਗਿਆ ਤੇ ਆ ਜਿਹੜੀਆਂ ਰੇਡਸ ਹੋ ਰਹੀਆਂ ਨੇ ਇਹਨਾਂ ਤੋਂ ਉਹ ਲੀਡਸ ਬੜੀਆਂ ਵੀ ਜਨਰੇਟ ਵੀ ਹੋਈਆਂ ਤੇ ਉਹਨਾਂ ਜਿਹੜੀਆਂ ਡਿਵੈਲਪਮੈਂਟਸ ਤੋਂ ਇਹ ਰੇਡਸ ਨੂੰ ਅੱਗੇ ਵਧਾਏ ਜਾਣ ਦਾ ਸਬਬਬ ਵੀ ਪੈਦਾ ਹੋ ਰਿਹਾ ਸੋ ਇਸੇ ਤਹਿਤ ਤੇ ਖਾਸ ਕਰਕੇ ਇਹ ਜਿਹੜੇ ਗੈਂਗਸਟਰ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਸ਼ੁਕਰਮਨ ਤੁਸੀਂ ਸ਼ਾਇਦ ਕੁਝ ਪੁੱਛਣਾ ਚਾ ਰਹੇ ਹੋ ਰਿਤੇਜ ਜੀ ਤੁਸੀਂ ਕਮੈਂਸ਼ਨ ਕੀਤਾ ਵਕੀਲਾਂ ਤੱਕ ਆਮ ਤੌਰ ਤੇ ਇਹ ਗੱਲ ਦੇਖੀ ਨਹੀਂ ਜਾਂਦੀ ਜੋ ਰੇਡਸ ਹੁੰਦੀਆਂ ਨੇ ਆ ਵੈਸੇ ਵੀ ਵਕੀਲਾਂ ਤੱਕ ਵੀ ਪੁਲਿਸ ਜਾਂ ਐਨਆਈਏ ਤੱਕ ਜਾਵੇ ਹਾਲੇ ਵਿੱਚ ਵਕੀਲ ਦਾ ਵੀ ਨਾਮ ਆਉਂਦਾ ਹੈਗਾ ਤਾਂ ਇਹ ਵਕੀਲਾਂ ਦਾ ਜਿਹੜਾ ਰੋਲ ਆ ਰਿਹਾ ਉਹ ਕਿਸ ਤਰ੍ਹਾਂ ਦਾ ਰੋਲ ਆ ਰਿਹਾ ਸਾਰੇ ਕੇਸ ਦੇ ਅੰਦਰ ਜਾਂ ਇਸ ਰੇਡਸ ਦੇ ਅੰਦਰ ਜੀ ਐਸੇ ਚਾਰ ਵਕੀਲ ਆਇਡੈਂਟੀਫਾਈ ਕੀਤੇ ਚੰਡੀਗੜ੍ਹ ਦੀ ਇੱਕ ਮਹਿਲਾ ਵਕੀਲ ਸੀ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸਿੰਗ ਲਾਇਰ ਸੀ ਜਿਨ੍ਹਾਂ ਨੇ ਜੱਗੂ ਭਗਵਾਨਪੂਰੀ ਦੇ ਕੇਸ ਟੇਕ ਅਪ ਕੀਤੇ ਹੋਰ ਵੀ ਕਈ ਗੈਂਗਸਟਰ ਦੇ ਕੇਸ ਲਏ ਸੀ ਉਹਨਾਂ ਤੋਂ ਇਲਾਵਾ ਦੋ ਹੋਰ ਵਕੀਲ ਸਨ ਬਠਿੰਡਾ ਤੋਂ ਇੱਕ ਵਕੀਲ ਸਨ ਤੇ ਗੁਰਗਾਓ ਹਰਿਆਣਾ ਦੇ ਇੱਕ ਵਕੀਲ ਸਨ ਜੋ ਕਿ ਲਾਰੈਂਸ ਬਿਸ਼ਨੋਈ ਦੇ ਕੇਸ ਹੈਂਡਲ ਕਰਦੇ ਸਨ ਸੋ इवन ਬਠਿੰਡਾ ਦੇ ਇਲਾਕੇ ਚ ਜਿਹੜੇ ਵਕੀਲ ਸਾਇਬਾ ਸਾਹਿਬ ਸੀ ਉਹਨਾਂ ਦੇ ਘਰ ਵੀ ਰੇਡ ਹੋਈ ਇਹ ਰੇਡ ਜਿਹੜੀ ਸੀ ਪਿਛਲੇ ਮਹੀਨੇ ਕੀਤੀ ਗਈ ਸੀ ਇਸ ਤੋਂ ਬਾਅਦ ਬਹੁਤ ਵੱਡੇ ਪੱਧਰ ਉਤੇ ਬਾਰ ਐਸੋਸੀਏਸ਼ਨਸ ਤੇ ਬਾਰ ਕਾਉਂਸਲਰ ਕਾਉਂਸਲਸ ਵੱਲੋਂ ਵਿਰੋਧ ਕੀਤਾ ਗਿਆ ਐਨਆਈਏ ਦਾ ਇਹ ਐਕਸ਼ਨ ਜਿਹੜਾ ਸੀ ਵਕੀਲਾਂ ਨੂੰ ਤੁਸੀਂ ਕਿਉਂ ਟਾਰਗੇਟ ਕਰ ਰਹੇ ਹੋ ਜਿਹੜੇ ਲੋਕ ਗੈਂਗਸਟਰਾਂ ਨੂੰ ਜਾਂ ਜਿਹੜੇ ਅਕਿਊਜ਼ਡ ਹੈਗੇ ਨੇ ਉਹਨਾਂ ਨੂੰ ਮੁਲਜ਼ਮਾਂ ਨੂੰ ਇਮਦਦ ਦੇ ਰਹੇ ਨੇ ਲੀਗਲ ਏਡ ਦੇ ਰਹੇ ਨੇ ਲੀਗਲ ਰਸਦ ਦੇ ਰਹੇ ਨੇ ਤੁਸੀਂ ਉਹਨਾਂ ਨੂੰ ਟਾਰਗੇਟ ਨਹੀਂ ਕਰ ਸਕਦੇ ਇਸ ਗੱਲਬਾਤ ਨੂੰ ਲੈ ਕੇ ਬਾਰ ਕਾਉਂਸਲ ਐਸੋਸੀਏਸ਼ਨ ਐਨਆਈਏ ਦੇ ਸੀਗੀਆਂ ਲੇਕਿਨ ਐਨਆਈਏ ਦੀ ਕੋਸ਼ਿਸ਼ ਇਹ ਸੀ ਕਿਤਨਾ ਕਿਤੇ ਕਿ ਵਕੀਲਾਂ ਦੇ ਨਾਲ ਬੇਸਿਕਲੀ ਉਹਨਾਂ ਦਾ ਪਰਪਸ ਸੀ ਬੇਸਿਕ ਟੈਰਰ ਫੰਡਿੰਗ ਦਾ ਕੋਈ ਨਾ ਕੋਈ ਨੈਟਵਰਕ ਜੋੜ ਪਾਈਏ ਉਹ ਜੋੜ ਪਾਏ ਜਾਂ ਨਹੀਂ ਪਾਏ ਇਹ ਨਹੀਂ ਪਤਾ ਲੇਕਿਨ ਇੱਕ ਸੁਨੇਹਾ ਜ਼ਰੂਰ ਐਨਆਈਏ ਨੇ ਇਸ ਜਰੀਏ ਭੇਜਿਆ ਹਾਲਾਂਕਿ ਵਿਰੋਧ ਬਹੁਤ ਜ਼ਿਆਦਾ ਹੋਇਆ ਕਈ ਦਿਨ ਅਦਾਲਤਾਂ ਦੇ ਵਿੱਚ ਕਈ ਅਦਾਲਤਾਂ ਦੇ ਵਿੱਚ ਕੰਮ ਬੰਦ ਵੀ ਰਿਹਾ ਸਟੇਟ ਲੈਵਲ ਦੇ ਉੱਤੇ ਪੰਜਾਬ ਹਰਿਆਣਾ ਦੇ ਵਿੱਚ ਸਟੇਟ ਲੈਵਲ ਦੇ ਉੱਤੇ ਵਕੀਲ ਭਾਈਚਾਰੇ ਵੱਲੋਂ ਵਿਰੋਧ ਕੀਤਾ ਗਿਆ ਤੇ ਕੰਮ ਬੰਦ ਕੀਤਾ ਗਿਆ ਸੋ ਇਹ ਐਕਸ਼ਨ ਸਖਤ ਸੀ ਐਨਆਈਏ ਦਾ ਇਸ ਦਾ ਰਿਸਪਾਂਸ ਵੀ ਬਹੁਤ ਸਖਤ ਸੀ ਰਿਐਕਸ਼ਨ ਵੀ ਹੋਏ ਲੇਕਿਨ ਐਨਆਈਏ ਦੀ ਕਾਰਵਾਈ ਗਤੀਵਿਧੀ ਜਾਰੀ ਹੈ ਕਿਉਂਕਿ ਐਨਆਈ ਐਨਆਈਏ ਦਾ ਮਕਸਦ ਇਹ ਸਾਰੀ ਦੀ ਸਾਰੀ ਜਿਹੜੀ ਦਬਿਸ਼ ਹੋ ਰਹੀ ਹੈ ਸੀਰੀਜ਼ ਆਫ ਰੇਡ ਹੈ ਉਸ ਦੇ ਵਿੱਚ ਇਹ ਹੈ ਕਿ ਉਹ ਇਹਨਾਂ ਗੈਂਗਸਟਰਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ ਜੇ ਇਹ ਗੈਂਗਸਟਰ ਮਹਿੰਗੇ ਮਹਿੰਗੇ ਵਕੀਲ ਕੀਲ ਕਰਕੇ ਅਦਾਲਤਾਂ ਦੇ ਵਿੱਚ ਲੜਾਈਆਂ ਲੜਦੇ ਨੇ ਕੇਸਾਂ ਦੀਆਂ ਲੜਾਈਆਂ ਲੜ ਪਾਉਂਦੇ ਨੇ ਆਪਣੀ ਪੈਰ ਵੀ ਇਲੀਗਲੀ ਬਹੁਤ ਹੀ ਪੁਖਤਾ ਢੰਗ ਦੇ ਨਾਲ ਅਦਾਲਤਾਂ ਦੇ ਵਿੱਚ ਰੱਖ ਪਾ ਰਹੇ ਨੇ ਤਾਂ ਉਹ ਜਿਹੜੇ ਫੰਡਿੰਗ ਹੈ ਕਿੱਥੋਂ ਆ ਰਹੀ ਹੈ ਕਿਸੇ ਸਿੱਧੇ ਸੋਰਸ ਤੋਂ ਨਹੀਂ ਫੰਡਿੰਗ ਆ ਰਹੀ ਹੁੰਦੀ ਮਾਪੇ ਨਹੀਂ ਕਰਦੇ ਗੈਂਗਸਟਰ ਦੇ ਕਰ ਰਹੇ ਹੁੰਦੇ ਲੇਕਿਨ ਕਿਤਨਾ ਕੀਤਾ ਹੋਰੋ ਫੰਡਿੰਗ ਹੋ ਰਹੀ ਹੈ ਇਹ ਕਾਰਨ ਸੀ ਤੇ ਇਹ ਵੀ ਬਹੁਤ ਵੱਡੀ ਸੰਭਾਵਨਾ ਸੀ ਕਿ ਇਹਨਾਂ ਵਿੱਚੋਂ ਬੈਠੇ ਕਈ ਜਿਹੜੇ ਵਿਦੇਸ਼ਾਂ ਵਿੱਚ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਮਲੇਸ਼ੀਆ ਦੇ ਵਿੱਚ ਬੈਠੇ ਨੇ ਫਿਲੀਪੀਨਸ ਦੇ ਵਿੱਚ ਬੈਠੇ ਨੇ ਕੈਨੇਡਾ ਦੇ ਵਿੱਚ ਬੈਠੇ ਨੇ ਹੋਰ ਯੂਐਸ ਕੈਨੇਡਾ ਵਰਗੇ ਨੇ ਗੈਂਗਸਟਰ ਉਹ ਬਾਹਰੋਂ ਫੰਡਿੰਗ ਪੇਜ ਪੇਜ ਕੇ ਜੇਲ੍ਹਾਂ ਵਿੱਚ ਬੈਠੇ ਇਹਨਾਂ ਗੈਂਗਸਟਰਾਂ ਨੂੰ ਜੇਲ੍ਹਾਂ ਦੇ ਅੰਦਰ ਵੀ ਬਹੁਤ ਹੈਲਪ ਦੇ ਰਹੇ ਨੇ ਉੱਥੇ ਵੀ ਬਹੁਤ ਇਹਨਾਂ ਨੂੰ ਤੁਹਾਡੇ ਸਾਹਮਣੇ ਤਸਵੀਰਾਂ ਆਈਆਂ ਹੈਗੀਆਂ ਨੇ ਐਸ਼ੋਸ਼ਰਤ ਦੇ ਸਾਰੇ ਸੰਸਾਧਨ ਮੁਹੱਈਆ ਕਰਾਤੇ ਗਏ ਤੇ ਬਾਹਰ ਵੀ ਇਹਨਾਂ ਦੀ ਲੀਗਲ ਪਾਰਟੀ ਵਿੱਚ ਵੀ ਜੀ ਰਤੇਜ ਪ੍ਰੈਸ ਨੋਟ ਦੇ ਅੰਦਰ ਬਹੁਤ ਘੱਟ ਵਾਰੀ ਦੇਖਿਆ ਜਾਂਦਾ ਪਰ ਐਨਆਈਏ ਦੇ ਪ੍ਰੈਸ ਰਿਲੀਜ਼ ਦੇ ਅੰਦਰ ਜਿਉਂ ਨੇ ਜਾਣਕਾਰੀ ਸ਼ੇਅਰ ਕੀਤੀ ਹੈ ਉਹ ਆਫੀਸ਼ੀਅਲ ਤੌਰ ਤੇ ਇਨਫੋਰਮੇਸ਼ਨ ਸ਼ੇਅਰ ਕੀਤੀ ਉਹਦੇ ਚ ਇੱਕ ਲਾਈਨ ਬੜੀ ਕੈਟੇਗੋਰਿਕਲੀ ਕਲੀਅਰ ਕੀਤੀ ਹੈ ਵੀ ਇਨਸਾਈਡ ਜੇਲ ਦੇ ਅੰਦਰੋਂ ਆਪਰੇਟ ਕਰ ਰਹੇ ਨੇ ਗੈਂਗਸਟਰਸ ਆਮ ਤੌਰ ਤੇ ਜਦੋਂ ਮੂਸੇਵਾਲ ਦਾ ਕਤਲ ਹੁੰਦਾ ਜਾਂ ਸੁਨੀਮ ਮੰਗਲ ਅੰਬੀਆਂ ਦਾ ਕਤਲ ਹੁੰਦਾ ਜੋ ਇਹ ਗੱਲਾਂ ਸਟੇਟ ਨੂੰ ਜਾਂ ਪੁਲਿਸ ਨੂੰ ਜਾਂ ਪੁੱਛੀਆਂ ਦੀਆਂ ਪੋਲਿਟਿਕਲ ਬੰਦਿਆਂ ਨੂੰ ਡਿਨਾਈ ਕਰ ਦਿੰਦੇ ਨੇ ਵੀ ਅਸੀਂ ਤਾਂ ਰੇਡਾਂ ਕਰ ਰਹੇ ਹਾਂ ਚੈਕਿੰਗ ਕਰ ਰਹੇ ਹਾਂ ਕੁਝ ਨਹੀਂ ਹੈਗਾ ਬਟ ਐਨਆਈਏ ਨੇ ਇਹ ਪੱਕ ਹਾਂ ਬਿਲਕੁਲ ਇਹੀ ਇਹੀ ਕਹਿ ਰਿਹਾ ਕਿਉਂਕਿ ਤਿੰਨ ਰੇਡਾਂ ਦੇ ਵਿੱਚ ਜਾਂ ਜਿਹੜੀ ਇਸ ਤੋਂ ਪਹਿਲਾਂ ਦੀਆਂ ਦੋ ਰੇਡਾਂ ਸੀ ਉਹਨਾਂ ਦੇ ਵਿੱਚ ਇਹ ਚੀਜ਼ਾਂ ਨਿਕਲੀਆਂ ਸਾਹਮਣੇ ਆਈਆਂ ਵਕੀਲਾਂ ਦਾ ਐਂਗਲ ਵੀ ਸਾਹਮਣੇ ਆਇਆ ਇਹ ਵੀ ਸਭ ਚੀਜ਼ ਸਾਹਮਣੇ ਆਈ ਵੀ ਜੇਲ੍ਹਾਂ ਦੇ ਵਿੱਚ ਹੀ ਬੈਠੇ ਗੈਂਗਸਟਰ ਦੇ ਨਾਲ ਗੱਲਬਾਤ ਹੋ ਰਹੀ ਹੈ ਜੇਲ੍ਹਾਂ ਦੇ ਵਿੱਚ ਉਹ ਜਿਹੜੇ ਵੱਡੇ ਗੈਂਗਸਟਰ ਹੈਗੇ ਨੇ ਜਾਂ ਜਿਹੜੇ ਕਹਿ ਕਹ ਲਈਏ ਕੀ ਜਿਨ੍ਹਾਂ ਦੇ ਸਰਗਨਾ ਮੰਨੇ ਜਾਂਦੇ ਨੇ ਲਾਰੈਂਸ ਬਿਸ਼ਨੋਈ ਹੈ ਜਾਂ ਜੱਗੂ ਭਗਵਾਨਪੁਰੀਆ ਹੈ ਸੰਪਤ ਨੈਰਾ ਵਰਗੇ ਹੈਗੇ ਨੇ ਜਾਂ ਦੂਸਰੇ ਪਾਸੇ ਹੋਰ ਵੀ ਬਹੁਤ ਜਿਹੜੇ ਦੂਜੇ ਗੈਂਗ ਦੇ ਲक्की ਪਟਿਆਲ ਦੇ ਨਾਲ ਦੇ ਜੁੜਦੇ ਉਹਨਾਂ ਦੇ ਗ ਜਿਹੜਾ ਨੈਟਵਰਕ ਹੈ ਹੁਣ ਬੇਸਿਕਲੀ ਟੈਰਰ ਨੈਟਵਰਕ ਆਪਣੀ ਥਾਂ ਹੈ 갱스터 ਨੇ ਆਪਣੇ ਨੈਟਵਰਕ ਆਪਣੀ ਤਾਂ ਹੈ ਇੱਕ ਫੰਡਿੰਗ ਦਾ ਬੜਾ ਵੱਡਾ ਨੈਟਵਰਕ ਹੈ ਜਿਸ ਦੇ ਵਿੱਚ ਜਾਣ ਦੀ ਕੋਸ਼ਿਸ਼ ਐਨਆਈਏ ਨੇ ਇਹ ਸੀਰੀਜ਼ ਆਫ ਰੇਡ ਦੇ ਜ਼ਰੀਏ ਕੀਤੀ ਹੈ ਸੋ ਇਹ ਗੱਲ ਤੁਹਾਡੀ ਠੀਕ ਹੈ ਕਿ ਇਸ ਪ੍ਰੈਸ ਬਿਆਨ ਦੇ ਵਿੱਚ ਐਨਆਈਏ ਨੇ ਸਾਫ਼ ਤੌਰ ਤੇ ਕਿਹਾ ਵੀ ਜੇਲ੍ਹਾਂ ਦੇ ਵਿੱਚੋਂ ਬੈਠ ਕੇ ਇਹ ਸਾਰਾ ਕੰਮਕਾਜ ਹੁੰਦਾ ਪਿਆ ਹੈ ਸਾਡੇ ਸਿਸਟਮ ਦੇ ਉੱਤੇ ਵੀ ਬੜਾ ਵੱਡਾ ਟੈਲਿੰਗ ਕਮੈਂਟ ਹੈ ਜੇਲ੍ਹਾਂ ਦੇ ਵਿੱਚੋਂ ਬੈਠ ਕੇ ਦੇਸ਼ ਦੀ ਪ੍ਰੀਮੀਅਰ ਇਨਵੈਸਟੀਗੇਸ਼ਨ ਏਜੰਸੀ ਐ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਉਹ ਕਹਿ ਰਹੀ ਹੈ ਕਿ ਭਾਰਤ ਦੀਆਂ ਜੇਲ੍ਹਾਂ ਦੇ ਵਿੱਚੋਂ ਬੈਠ ਕੇ ਇਹ ਟੈਰਰ ਫੰਡਿੰਗ ਹੋ ਰਹੀ ਹੈ ਇਹ ਗੈਂਗਸਟਰ ਦੇ ਜਿਹੜੇ ਵੈ ਸੋ ਸੂਰਤ ਇਹ ਹਾਲ ਤੁਹਾਡੇ ਸਾਹਮਣੇ ਹੈ ਕਿ ਐਨਆਈਏ ਨੂੰ ਵੀ ਇਸ ਚੀਜ਼ ਨੂੰ ਮੰਨਣਾ ਪੈ ਰਿਹਾ ਹੈ ਤੇ ਜਿੰਨੀ ਵੀ ਰੇਡਾਂ ਹੋਈਆਂ ਨੇ ਪਿਛਲੇ 3 ਮਹੀਨਿਆਂ ਦੇ ਵਿੱਚ ਕਈ ਚੀਜ਼ਾਂ ਨਿਕਲਿਆ ਨੇ ਕਈ ਬੜੀਆਂ ਵੱਡੀਆਂ ਚੀਜ਼ਾਂ ਨਿਕਲਿਆ ਨੇ ਬੜੀਆਂ ਵੱਡੀਆਂ ਮੇਜਰ ਲੀਡਸ ਨਿਕਲਿਆ ਨੇ ਜਿਨ੍ਹਾਂ ਦਾ ਖੁਲਾਸਾ ਤੁਸੀਂ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਵੇਖੋਗੇ ਤੇ ਫਰੋਤੀਆਂ ਫਰੋਤੀਆਂ ਲਗਾਤਾਰ ਬਹੁਤ ਜ਼ਿਆਦਾ ਮਿਲ ਰਹੀਆਂ ਖਾਸ ਤੌਰ ਤੇ ਪੰਜਾਬ 'ਚ ਗੱਲ ਕਰੀਏ ਹਰਿਆਣਾ 'ਚ ਗੱਲ ਕਰੀਏ ਤਾਂ ਫਰੋਤੀਆਂ ਦਾ ਜਿਹੜਾ ਸਿਲਸਲਾ ਹੈ ਉਹ ਵੀ ਉਹਦੇ ਤੇ ਵੀ ਠੱਲ ਪਾਊਗੀ ਸਾਰੀਆਂ ਰੇਡਸ ਨਾਲ ਤੁਹਾਨੂੰ ਲੱਗਦਾ ਅਨੰਗ ਨੇ ਜ਼ਿਕਰ ਕੀਤਾ ਹੈ ਕਿ ਫਿਰੋਤੀਆਂ ਰੰਗਦਾਰੀਆਂ ਵਸੂਲਣ ਦਾ ਇੱਕ ਬਹੁਤ ਲੰਮਾ ਚੌੜਾ ਨੈਟਵਰਕ ਹੈ ਤੇ ਸਾਰੇ ਗੈਂਗਸਟਰਾਂ ਦੇ ਲਗਭਗ ਸਾਰੇ ਹੀ ਗੈਂਗ ਇਹ ਇਸ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ ਕਿਉਂਕਿ ਵਾਰਦਾਤਾ ਕਰਾਉਣ ਤੋਂ ਬਾਅਦ ਫਿਰ ਗੈਂਗਸਟਰਾਂ ਨੂੰ ਕਿਹਾ ਜਾਂਦਾ ਹੈ ਜਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਗੈਂਗਸਟਰਾਂ ਵੱਲੋਂ ਕਿ ਤੁਸੀਂ ਸਾਨੂੰ ਰੰਗਦਾਰੀ ਦਿਓ ਕਿਸੇ ਤੋਂ 5-10 ਲੱਖ ਹੁਣ ਗੱਲ ਬਾਤ 5-10 ਲੱਖ ਦੀ ਨਹੀਂ ਅਰਸ਼ ਡਾਲਾ ਜਿਹੜਾ ਇੱਕ ਮੋਗੇ ਦਾ ਗੈਂਗਸਟਰ ਹੈ ਜਾਂ ਸੁੱਖਾ ਦੁਨੇਕੇ ਵਰਗੇ ਜਿਹੜੇ ਗੈਂਗਸਟਰ ਨੇ ਦਿੱਲੀ ਦੇ ਇੱਕ ਵਪਾਰੀ ਤੋਂ ਉਹਨਾਂ ਨੇ 5 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਸੋ 5 ਕਰੋੜ ਵਾਸ ਹਿਊਜ ਫਿਗਰ ਤੇ ਉਸ ਤੋਂ ਬਾਅਦ ਜਦੋਂ ਦਿੱਲੀ ਪੁਲਿਸ ਦਾ ਸਪੈਸ਼ਲ ਸੈਲ ਤੇ ਹੋਰ ਐਨਆਈਏ ਦੀ ਟੀਮਾਂ ਉਸ ਟ੍ਰੇਲ ਦੇ ਵਿੱਚ ਲੱਗੀਆਂ ਯੂ ਵੌਂਟ ਬਿਲੀਵ ਕਿ ਪੰਜਾਬ ਦੇ ਬਹੁਤ ਵੱਡੇ ਵੱਡੇ ਜਿਹੜੇ ਨੈਟਵਰਕ ਚੱਲਦੇ ਸੀ ਗੈਂਗਸਟਰ ਤਾਂ ਛੋਟੇ ਮੋਟੇ ਹੀ ਹੋਣਗੇ ਲੇਕਿਨ ਉਹਨਾਂ ਦੇ ਨੈਟਵਰਕ ਬੜੇ ਵੈਲ ਆਇਲਡ ਸੀ ਜੇਲ੍ਹਾਂ ਦੇ ਵਿੱਚੋਂ ਬੈਠ ਕੇ ਪੰਜਾਬ ਦੀਆਂ ਜੇਲਾਂ ਦੇ ਵਿੱਚੋਂ ਬੈਠ ਕੇ ਮਨਪ੍ਰੀਤ ਮੰਨਾ ਜਿਹਦਾ ਨਾਂ ਸਿੱਧੂ ਮੁਸਿਆਲਾ ਕਤਲ ਕੇਸ ਦੇ ਵਿੱਚ ਆਇਆ ਤੁਹਾਨੂੰ ਯਾਦ ਹੋਵੇਗਾ ਗਵਿੰਦਵਾਲ ਦੀ ਜੇਲ੍ਹ ਦੇ ਵਿੱਚੋਂ ਸੈਲਫੋਨਾਂ ਦੀ ਰਿਕਵਰੀ ਕੁਝ ਮਹੀਨੇ ਪਹਿਲਾਂ ਹੋਈ ਸੀ ਉਹ ਸਾਰੇ ਦੇ ਸਾਰੇ ਗੈਂਗਸਟਰ ਈਵਨ ਸੈਲਫੋਨਾਂ ਦੀਆਂ ਰਿਕਵਰੀਆਂ ਤੋਂ ਬਾਅਦ ਵੀ ਇਹ ਪਾਇਆ ਗਿਆ ਐਨਆਈਏ ਦੀਆਂ ਟੀਮਾਂ ਵੀ ਉਸ ਆਪਰੇਸ਼ਨ ਵਿੱਚ ਇਨਵੋਲ ਰਹੀਆਂ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਰਿਆ ਬਠਿੰਡਾ ਪੁਲਿਸ ਨੇ ਪੰਜਾਬ ਦੀ ਬਠਿੰਡਾ ਪੁਲਿਸ ਦੇ ਜਿਹੜਾ ਸਪੈਸ਼ਲ ਐਸਐਸਓਸੀ ਸੀਗਾ ਉਸਨੇ ਪੂਰਾ ਦਾ ਪੂਰਾ ਮਨਪ੍ਰੀਤ ਮੰਨ ਦਾ ਇੱਕ ਹੋਰ ਗੈਂਗਸਟਰ ਸੀ ਉਸ ਦਾ ਪਰਦਾ ਫਾਸ਼ ਕੀਤਾ ਸੀ ਉਸ ਦੇ ਵਿੱਚ ਇਹ ਗੱ ਜੇਲ ਤੋਂ ਫੜੇ ਜਾਣ ਤੋਂ ਬਾਅਦ ਸੈੱਲਫੋਨ ਫੇਰ ਵੀ ਉਹ ਜਿਹੜਾ ਗੈਂਗਸਟਰ ਸੀ ਉਹ ਫਿਰੌਤੀਆਂ ਰੰਗਦਾਰੀਆਂ ਮੰਗ ਰਿਆ ਸੀ ਸੋ ਇਥੋਂ ਦੇ ਇੱਕ ਬਠਿੰਡਾ ਦੇ ਵਪਾਰੀ ਤੋਂ ਪੈਸਾ ਮੰਗਿਆ ਗਿਆ ਸੀ ਉਹੀ ਪੂਰਾ ਦਾ ਪੂਰਾ ਮੋਡਿਊਲ ਸੀ ਜਿਸ ਨੇ ਦਿੱਲੀ ਦੇ ਵਪਾਰੀ ਤੋਂ 5 ਕਰੋੜ ਦੀ ਫਿਰੌਤੀ ਮੰਗੀ ਸੀ ਸੋ ਜੇਲ੍ਹਾਂ ਦੇ ਵਿੱਚੋਂ ਬੈਠ ਕੇ ਢੱਲਲੇ ਦੇ ਨਾਲ ਇਹ ਸਾਰਾ ਦਾ ਸਾਰਾ ਕੰਮਕਾਜ ਹੋ ਰਿਹਾ ਤੇ ਇਹੀ ਚੀਜ਼ਾਂ ਦੀ ਤਸਦੀਕ ਹੁਣ NIA ਦੀs ਪੜਤਾਲ ਦੇ ਵਿੱਚੋਂ ਹੋ ਰਹੀ ਹੈ ਇਹ ਸਾਰੇ ਦੇ ਸਾਰੇ ਗੈਂਗਸਟਰ ਬਹੁਤ ਹੀ ਆਪਣੇ ਕਹਿ ਸਕਦੇ ਕਿ ਛਾਤਰ ਤਰੀਕੇ ਦੇ ਨਾਲ ਆਪਣਾ ਇੱਕ ਐਸਾ ਸਿਸਟਮ ਕ੍ਰੀਏਟ ਕਰਕੇ ਬੈਠੇ ਨੇ ਜਿੱਥੇ ਇਹਨਾਂ ਕੋਲ ਆਉਣ ਵਾਲੀ ਫੰਡਿੰਗ ਰੰਗਦਾਰੀਆਂ ਫਿਰੌਤੀਆਂ ਦੀ ਸ਼ਕਲ ਦੇ ਵਿੱਚ ਨਾ ਤਾਂ ਉਸ ਦੇ ਵਿੱਚ ਕਮੀ ਕੋਈ ਆ ਰਹੀ ਹੈ ਤੇ ਨਾ ਹੀ ਜਿਹ ਰਾਉਂਡ ਦੇ ਉੱਤੇ ਨਾਲ ਵੱਲੋਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਨੇ دہشت گردੀ ਦੀਆਂ ਵਾਰਦਾਤਾਂ ਹੀ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਦਿਨ ਦਹਾੜੇ ਤੁਸੀਂ ਲੋਕਾਂ ਨੂੰ ਮਾਰ ਦਿੰਦੇ ਹੋ ਡਾਈਮੈਂਸ਼ਨ ਸੀਰੀਅਸ ਤਾਂ ਹੁੰਦੀ ਹੈ ਜਦੋਂ ਕਿ ਪੈਸੇ ਤੇ ਇਲਾਵਾ ਤੁਸੀਂ ਟਾਰਗੇਟਡ ਹਿੱਟਸ ਕਰਨੀਆਂ ਸ਼ੁਰੂ ਕਰ ਦਿੰਦੇ ਹੋ ਕਿਸੇ ਧਰਮ ਸਮੁਦਾਇ ਵਿਸ਼ੇਸ਼ ਦੇ ਕਿਸੇ ਲੀਡਰ ਨੂੰ ਮਾਰਤਾ ਕਿਸੇ ਡੇਰੇ ਦੇ ਕਿਸੇ ਬੰਦੇ ਨੂੰ ਮਾਰਤਾ ਸਹੀ ਮਾਰਿਆ ਗਲਤ ਮਾਰਿਆ ਉਹ ਤਾਂ ਕਹਿਣ ਸੁਣਨ ਵਾਲਾ ਹੈ ਉਸ ਤੇ ਜਜਮੈਂਟ ਕੋਈ ਨਹੀਂ ਪਾਸ ਕਰ ਸਕਦਾ ਲੇਕਿਨ ਜਦੋਂ ਇਸ ਤਰੀਕੇ ਦੀਆਂ ਵਾਰਦਾਤਾਂ ਹੋਣੀਆਂ ਸ਼ੁਰੂ ਹੋ ਜਾਣ ਤਾਂ ਸਮਝਿਏ ਕਿ ਇਹ ਜਿਹੜੇ ਗੈਂਗਸਟਰ ਕੱਲੇ ਗੈਂਗਸਟਰ ਜਾਂ ਕ੍ਰਾਈਮਨਲ ਨਹੀਂ ਬਲਕਿ ਇਹਨਾਂ ਦੇ ਨਾਲ ਇੱਕ ਅਤਵਾਦ ਦੀ ਬਹੁਤ ਵੱਡੀ ਡਾਈਮੈਂਸ਼ਨ ਜੁੜਦੀ ਹੈ ਜਿਸ ਤੋਂ ਇਸ ਦੇਸ਼ ਦੀਆਂ ਏਜੰਸੀਆਂ ਨੂੰ ਕਾਫੀ ਜ਼ਿਆਦਾ ਦਿੱਕਤ ਸੀ ਹੈ ਤੇ ਰਹੇਗੀ ਰਤੇਸ਼ ਜੀ ਜਿਵੇਂ ਬਾਹਰ ਦੇ ਪਲੇਅਰ ਜਦੋਂ ਤੱਕ ਫੜ ਕੇ ਦੇਸ਼ជា ਐਨਆਈਏ ਨੂੰ ਪ੍ਰੋਸੀਕਿਊਟ ਨਹੀਂ ਕਰਦੀ ਤੁਹਾਨੂੰ ਲੱਗਦਾ ਇਹ ਸਾਰੀ ਚੀਜ਼ ਉਤੇ ਠੱਲ ਪੈ ਸਕਦੀ ਹੈ ਹਾਲਾਂਕਿ ਆਰਗੇਨਾਈਜ਼ ਕ੍ਰਾਈਮ ਨੂੰ ਕਿਤੇ ਨਾ ਕਿਤੇ ਰੇਡਸ ਨਾਲ ਜਿਵੇਂ ਜਿਵੇਂ ਅਰੈਸਟ ਹੋ ਰਹੀਆਂ ਨੇ ਤਾਰਾਂ ਜੁੜਦੀਆਂ ਜਾ ਰਹੀਆਂ ਠੱਲ ਤਾਂ ਜ਼ਰੂਰ ਪਏਗੀ ਪਰ ਜਦੋਂ ਤੱਕ ਬਾਹਰ ਦੇ ਵੱਡੇ ਪਲੇਅਰਸ ਨਹੀਂ ਲੈ ਕੇ ਆnde ਜਾਂਦੇ ਜਾਂ ਉਹਨਾਂ ਨੂੰ ਅਰੈਸਟ ਨਹੀਂ ਪੈਂਦੀ ਤੁਹਾਨੂੰ ਲੱਗਦਾ ਵੀ ਉਦੋਂ ਤੱਕ ਇਹ ਚੀਜ਼ ਕਿਤੇ ਨਾ ਕਿਤੇ ਰੁਕ ਸਕਦੀ ਹੈ ਜੀ ਹਰਮਨ ਤੁਸੀਂ ਬਿਲਕੁਲ ਠੀਕ ਕਿਹਾ ਕਿ ਇਸ ਵਕਤ ਵਿਦੇਸ਼ਾਂ ਦੇ ਵਿੱਚੋਂ ਜੋ ਕੁਝ ਹੋ ਰਿਹਾ ਉਸ ਉੱਤੇ ਵੀ ਬਹੁਤ ਸਖਤ ਨਜ਼ਰ ਰਹਿਣ ਵਾਲੀ ਹੈ ਸੋ ਤੁਸੀਂ ਇਹ ਮੰਨ ਕੇ ਚੱਲੋ ਵੀ ਇਹਨਾਂ ਰੇਟਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਲਾਇਜ਼ਨਿੰਗ ਹੈ ਉਹ ਬਹੁਤ ਪੁਖਤਾ ਹੋ ਚੁੱਕੀ ਹੈ ਤੇ ਹੁਣ NIA ਵਿਦੇਸ਼ਾਂ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਉੱਤੇ ਕੋਆਰਡੀਨੇਟ ਕਰ ਰਹੀ ਹੈ ਸਿਰਫ ਦੇਸ਼ ਦੇ ਅੰਦਰ ਇਹਨਾਂ ਸੂਬਿਆਂ ਰਾਜਾਂ ਦੇ ਵਿੱਚ ਹੀ ਨਹੀਂ ਬਲਕਿ ਹੁਣ ਵਿਦੇਸ਼ਾਂ ਦੇ ਵਿੱਚੋਂ ਵੀ ਤੁਹਾਨੂੰ ਅਜਿਹੀਆਂ ਖਬਰਾਂ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਇਸ ਪ੍ਰਸਾਰਣ ਦੇ ਦੌਰਾਨ ਤੁਸੀਂ ਆਉਣ ਵਾਲੇ ਹਫ਼ਤੇ 'ਚ ਅਜਿਹੀਆਂ ਹੋਰ ਖਬਰਾਂ ਦੇਖੋਗੇ ਸੋ लेट्स ਵੇਟ ਐਂਡ ਵਾਚ ਠੀਕ ਹੈ ਜੀ 사ਰਾਂ ਗੱਲਬਾਤ ਕਰਵਾਉਣ ਬਹੁਤ ਬਹੁਤ ਧੰਨਵਾਦ ਧੰਨਵਾਦ ਤਈ ਸਗੇ 23 ਲਖੀ ਜਿਨ੍ਹਾਂ ਨੇ ਦੱਸਿਆ ਵੀ NIA ਰੇਟਸ ਦੇ ਮਾਇਨੇ ਕੀ ਨੇ ਕਿਸ ਤਰ੍ਹਾਂ ਆਰਗੇਨਾਈਜ਼ਡ ਕਰਾਈਮ ਨੂੰ ਰੋਕਣ ਵਾਸਤੇ ਤੇ ਠੱਲ ਪਾਉਣ ਵਾਸਤੇ NIA ਰੇਟਸ ਕਰ ਰਹੀ ਹੈ ਨੈਕਸਸ ਜਿਹੜਾ ਹੈ ਟੈਰਰਿਸਟ ਦਾ ਡਰੱਗ ਪੈਡਲਰਸ ਦਾ ਰਕਸਮਗਲਰਸ ਦਾ ਤੇ ਜਿਹੜਾ ਗੈਂਗਸਟਰਸ ਦਾ ਨੈਕਸਸ ਹੈ ਜਿਹੜਾ ਜੇਲਾਂ ਚ ოਪਰੇਟ ਹੋ ਰਿਹਾ ਉਹਨੂੰ ਕਿਸ ਤਰ੍ਹਾਂ ਰੋਕਿਆ ਜਾਵੇ ਉਹਨੂੰ ਕਿਸ ਤਰ੍ਹਾਂ ਬ੍ਰੇਕ ਕੀਤਾ ਜਾਵੇ